ਸਤਿ ਸ਼੍ਰੀ ਅਕਾਲ, ਜੁੜੇ ਹੋਏ ਹੋ ਤੁਸੀਂ ਕੈਨੇਡੀਅਨ ਸਾਥ ਦੇ ਨਾਲ। ਸਪੈਸ਼ਲ ਰਿਪੋਰਟ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਮੈਂ ਸ਼ੀਤਲ ਠਾਕੁਰ। ਅੱਜ ਜਿਸ ਵਿਸ਼ੇ ਤੇ ਮੈਂ ਗੱਲ ਕਰੂੰਗੀ ਉਹ ਵਿਸ਼ਾ ਸੱਚ ਦੇ ਵਿੱਚ ਬਹੁਤ ਹੀ ਸੋਚ ਵਿਚਾਰ ਕਰਨ ਵਾਲਾ ਹੈ। ਹਰਿਆਣਾ ਸੂਬਾ ਇੱਕ ਇਹੋ ਜਿਹਾ ਸੂਬਾ ਹੈ ਜਿਹੜਾ ਪਹਿਲਾਂ ਹੀ ਬੇਟੀਆਂ ਨੂੰ ਲੈ ਕੇ ਕਾਫੀ ਬਦਨਾਮ ਹੋ ਚੁੱਕਿਆ ਹੈ ਕਿ ਗਰਭ ਦੇ ਵਿੱਚ ਹੀ ਜਿਹੜੀਆਂ ਬੇਟੀਆਂ ਹਰਿਆਣਾ ਦੇ ਵਿੱਚ ਮਾਰੀਆਂ ਜਾਂਦੀਆਂ ਸਨ। ਸੋ ਇਸ ਵਿਸ਼ੇ ਨੂੰ ਲੈ ਕੇ ਹਰਿਆਣਾ ਪਹਿਲਾਂ ਤੋਂ ਵੀ ਕਾਫੀ ਬਦਨਾਮ ਰਿਹਾ, ਪਰ ਫਿਰ ਇੱਕ ਸਮਾਂ ਆਇਆ, ਜਾਗਰੂਕਤਾ ਆਈ, ਇੱਕ ਲਹਿਰ ਚੱਲੀ ਅਤੇ ਫਿਰ ਤੋਂ ਜਿਹੜਾ ਲੜਕੇ ਅਤੇ ਲੜਕੀਆਂ ਦੇ ਜਿਹੜਾ ਅਨੁਪਾਤ ਦਾ ਜਿਹੜਾ ਇੱਕ ਸਤਰ ਸੀ ਉਹ ਬਰਾਬਰ ਆਉਣਾ ਸ਼ੁਰੂ ਹੋਇਆ। ਪਿਛਲੇ ਕੁਝ ਸਾਲਾਂ ਤੋਂ ਜਿਹੜਾ ਹੈ ਹਰਿਆਣਾ ਦੇ ਵਿੱਚ ਲੜਕੇ ਲੜਕੀਆਂ ਦਾ ਜਿਹੜਾ ਅਨੁਪਾਤ ਸੀ ਉਹ ਬਰਾਬਰ ਹੋਣ ਲੱਗ ਗਿਆ ਸੀ ਅਤੇ ਲੱਗਣ ਲੱਗ ਗਿਆ ਸੀ ਸਾਰਿਆਂ ਨੂੰ ਕਿ ਸ਼ਾਇਦ ਜਿਹੜੀ ਹੈ ਹੁਣ ਲੋਕਾਂ ਦੀ ਸੋਚ ਲੜਕੇ ਲੜਕੀਆਂ ਨੂੰ ਲੈ ਕੇ ਠੀਕ ਹੋਣੀ ਸ਼ੁਰੂ ਹੋ ਚੁੱਕੀ ਹੈ। ਪਰ ਹੁਣ ਜਿਹੜੀ ਖਬਰ ਆਈ ਹੈ ਉਸ ਤੋਂ ਇੱਕ ਵਾਰ ਫਿਰ ਤੋਂ ਇਹ ਪਤਾ ਲੱਗਦਾ ਹੈ ਕਿ ਹਰਿਆਣੇ ਦੇ ਵਿੱਚ ਲੜਕੀਆਂ ਦਾ ਜਿਹੜਾ ਖਾਤਮਾ ਹੈ ਸ਼ਾਇਦ ਫਿਰ ਤੋਂ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਹਰਿਆਣੇ ਦੇ ਵਿੱਚ ਇੱਕ ਸਰਵੇ ਹੋਇਆ ਜਿਹਦੇ ਵਿੱਚ 1 ਜਨਵਰੀ 2020 ਤੋਂ ਲੈ ਕੇ 30 ਸਤੰਬਰ 2020 ਤੱਕ ਦਾ ਜਿਹੜਾ ਡਾਟਾ ਤਿਆਰ ਕੀਤਾ ਗਿਆ, ਜਿਹਦੇ ਵਿੱਚ 3,50,000 ਦੇ ਕਰੀਬ ਬੱਚਿਆਂ ਨੇ ਜਨਮ ਲਿਆ ਔਰ ਇਸ ਜਨਮ ਦੇ ਵਿੱਚ 1,91,000 ਸਿਰਫ ਲੜਕੇ ਸਨ ਅਤੇ 1,60,000-70,000 ਦੇ ਆਸ ਪਾਸ ਸਿਰਫ ਲੜਕੀਆਂ ਸਨ। ਸੋ ਭਾਰੀ ਮਾਤਰਾ ਦੇ ਵਿੱਚ ਲੜਕੀਆਂ ਦੇ ਜਨਮ ਦੇ ਵਿੱਚ ਫਿਰ ਤੋਂ ਇੱਕ ਵਾਰ ਜਿਹੜੀ ਹੈ ਗਿਰਾਵਟ ਆਈ ਹੈ। ਸੋ ਇਹ ਜਿਹੜਾ ਲਿੰਗੀ ਅਨੁਪਾਤ ਹੈ ਇੱਕ ਵਾਰ ਫਿਰ ਤੋਂ ਸਾਹਮਣੇ ਆ ਰਿਹਾ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕਿਉਂ ਵਾਰ ਵਾਰ ਲੋਕਾਂ ਦੀ ਸੋਚ ਜਿਹੜੀ ਹੈ ਬਦਲ ਜਾਂਦੀ ਹੈ, ਇਹ ਸੋਚ ਬਦਲਣੀ ਚਾਹੀਦੀ ਹੈ ਜਾਂ ਨਹੀਂ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਕਦੋਂ ਆਮ ਜਨਤਾ ਜਾਗਰੂਕ ਹੋਏਗੀ, ਕਦੋਂ ਲੋਕ ਲੜਕੇ ਅਤੇ ਲੜਕੀਆਂ ਦੇ ਵਿੱਚ ਫਰਕ ਸਮਝਣਾ ਬੰਦ ਕਰ ਦੇਣਗੇ ਅਤੇ ਕਦੋਂ ਇਸ ਲਿੰਗੀ ਅਨੁਪਾਤ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਆਉਣਗੇ, ਕੀ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ, ਕੀ ਇਹਦੀ ਕੋਈ ਖਾਸ ਤਫਤੀਸ਼ ਹੋਣੀ ਚਾਹੀਦੀ ਹੈ ਜਾਂ ਨਹੀਂ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਹਾਲਾਂਕਿ ਸਿਹਤ ਵਿਭਾਗ ਨੇ ਇਸਦੇ ਬਾਰੇ ਪੂਰੀ ਜਾਂਚ ਪੜਤਾਲ ਕਰਨ ਦੀ ਗੱਲ ਵੀ ਕੀਤੀ ਗਈ ਹੈ ਕਿ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਇੰਨੇ ਜਿਹੜੇ ਲੜਕੀਆਂ ਦੇ ਜਿਹੜੇ ਜਨਮ ਹੋਏ ਨੇ ਉਹਨਾਂ ਦੇ ਵਿੱਚ ਜਿਹੜਾ ਇੰਨਾ ਅਨੁਪਾਤ ਦਾ ਫਰਕ ਕਿਉਂ ਆਇਆ ਹੈ। ਜਾਂਚ ਪੜਤਾਲ ਹੋਏਗੀ ਫਿਰ ਹੀ ਖਬਰ ਪੂਰੀ ਨਿਕਲ ਕੇ ਬਾਹਰ ਆਏਗੀ ਕਿ ਅਸਲ ਦੇ ਵਿੱਚ ਇਹਦੇ ਪਿੱਛੇ ਜ਼ਿੰਮੇਵਾਰ ਤੱਤ ਕੌਣ ਨੇ। ਪਰ ਤੁਹਾਨੂੰ ਕੀ ਲੱਗਦਾ, ਕੀ ਹੋਣਾ ਚਾਹੀਦਾ, ਕੌਣ ਜ਼ਿੰਮੇਵਾਰ ਹੈ, ਉਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਅਤੇ ਕਿਵੇਂ ਅਸੀਂ ਆਪਣੀ ਸੋਚ ਨੂੰ, ਸਮਾਜ ਦੀ ਸੋਚ ਨੂੰ ਬਦਲ ਸਕਦੇ ਹਾਂ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਸਪੈਸ਼ਲ ਰਿਪੋਰਟ 'ਤੇ ਤੁਸੀਂ ਬਣੇ ਹੋਏ ਸੀ ਸ਼ੀਤਲ ਦੇ ਨਾਲ।